तू बीड़ा ही? नहीं, सुंगड़ा ही। साहब, एक ग्लास और ठंडा पानी ले लो। क्या अभी जी? अब तू इतना डर करती है, फिर फटाफट जा। तीसरा ने चादरा लेके आ। ले मैं हुणे ले आनी आ। हां, ए पर सकती है मेरी गल सुन। ਇਨੂੰ ਚੁੱਟੂ ਕਰਾ ਮੇਰੇ ਨਾਲ ਮੇਰੇ ਕੋ ਕਿਤੇ ਚੁੱਕੀਆਂ ਜਾਂਦੀਆਂ ਵਾ ਐ ਸੁਮਰੇ ਸਾਹ ਹਾਂ ਵੇ ਚੁੱਟੂ ਵੇ ਸਾਹਬੇ ਜੀ ਜੀ ਆ ਪਤੇ ਕੰਤੀ ਨਾ ਜਾ ਕੇ ਨਾ ਤੀਸਰਾ ਨੇ ਚਾਦਰਾ ਲੈ ਆਇਆ ਹੈ ਹਾਂ ਜੀ ਜੀ ਚੱਲ ਕਮ ਕਾਦੀ ਗੱਲ ਆ ਮੇਰਾ ਧੀ ਜਵਾਈ ਆ ਰਹੇ ਨੇ ਬੜੀ ਖੁਸ਼ੀ ਦੀ ਗੱਲ ਹੈ ਹਾਂ ਜਾ ਆ ਜਾ ਮੋੜ ਕੇ ਉਹ ਸਕਾਤ ਨੂੰ ਜਿੱਥੋਂ ਲੈ ਕੇ ਆਏ ਨੇ ਮੈਂ ਤੈਨੂੰ ਕਹਿਤਾ ਜੇ ਜਦ
ਮਰਜ਼ੀ ਹੋਵੇ ਉਹ ਸਾਨੂੰ ਵੀ ਤੁਸੀਂ ਲੋਕਾਂ ਨੇ ਤੇ ਸ਼ਰਮ ਲਈ ਹੈ ਜਾ ਵਾਪਸ ਕਰਕੇ ਆਓ ਠੀਕ ਹੈ ਨਾ ਪਰ ਬਾਪੂ ਜੀ ਹਰ ਪੁਰ ਮੈਂ ਕੁੱਤਰ ਦੇ ਨੇ ਸਾਰੇ ਤੁਹਾਡੇ ਮਾਰ ਦੇ ਲੱਗਦੇ ਹੈ ਕਿੰਨੀ ਜ਼ਬਾਨ ਮੁੱਤਰ ਦੀ ਨਾ ਪਿਓ ਪੁੱਤਾਂ ਦੀ ਸ਼ਰਾਬ ਦੇ ਨਾਮ ਤੇ ਖਮਤਾ ਜੇ ਮੇਰੇ ਜਵਾਈ ਨੂੰ ਕਿਸੇ ਨੇ ਸ਼ਰਾਬ ਕਹੀ ਤੇ ਪਰ ਜੀ ਜੇ ਚੀਜ਼ਾ ਪੀਂਦਾ ਹੋਇਆ ਫੇਰ ਕੋਈ ਗੱਲ ਮੈਂ ਆਪੇ ਸਮਝਾ ਲਵਾਂਗੀ ਉਹਨਾਂ ਨੂੰ ਨਾਲੇ ਅਸੀਂ ਉਹਨਾਂ ਦੀ ਸੇਵਾ ਵਿੱਚ ਕੋਈ ਕਸਰ ਨਹੀਂ ਛੱਡਣੀ ਦੇਖਣਾ ਉਹਨਾਂ ਦਾ ਖਿਆਲ ਨਹੀਂ ਜਾਂਦੇ ਨਾ ਸ਼ਰਾਬ ਪਰ ਮੈਂ ਤੋਂ ਸਹੀ ਬਿਲਕੁਲ ਠੀਕ ਕਹਿ ਰਹੀ ਹਾਂ ਅਖਾਂਡ ਦੀ ਪੜਾ ਲਿਆ ਇਹਨਾਂ ਨੇ ਸ਼ਰਾਬ ਦੇ ਨਾਮ ਤੇ ਹੈ ਪਤਾ ਨੂੰ ਵੀ ਕਹਿ ਰਹੀ ਆ ਨਾ ਤੁਹਾਡੀ ਕੋਈ ਖੁਸ਼ੀ ਸ਼ਰਾਬ ਤੋਂ ਬਿਨਾ ਪੂਰੀ ਨਹੀਂ ਹੁੰਦੀ ਹਾਂ ਹਰੇ ਵੀ ਤੋਂ ਵੱਡੇ ਬੜੇ ਇੱਥੇ ਹੀ ਖੜੇ ਨੇ ਮੋੜ ਕੇ ਇਸ ਕਾਤ ਨੂੰ ਚੱਲਿਆ ਬੇਬੇ ਚੱਲਿਆ ਨਾ ਹੈ ਛੇਤੀ ਜਾਓ ਇਹ ਕੁੜੀਓ ਤੁਸੀਂ ਹਰੇ ਵੀ ਇੱਥੇ ਖਲੋਤੀਆਂ ਨੇ ਚਲੋ ਮੇਰੇ ਨਾਲ ਅੰਦਰ ਚੱਲੀ ਮੋੜ ਕੱਢੀਏ ਮੇਰੇ ਨਾਲ ਅੰਦਰ ਚੱਲ ਹਾਂਜੀ ਆ ਇਹ ਦੇ ਵੇਲੇ ਨੇ ਸਾਨੂੰ ਲੇਡੀਜ਼ ਨੂੰ ਹੋਰ ਬੜੇ ਸਾਰੇ ਕੰਮ ਨੇ ਚਲੋ ਮੇਰਾ ਪੁੱਤ ਮੈਂ ਤੁਹਾਨੂੰ ਚੱਜ ਨਾਲ ਖਾਵਾਂ ਤੇ ਨਾਲੇ ਇੱਕ ਰੱਤੀ ਖਿਲਾ ਮੇਰੇ ਨਾਲ ਚੱਲ 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 ਕਮਾਲ ਹੈ ਭਰਾਵਾ ਇਹ ਤਾਂ ਲੇਡੀਜ਼ ਗੈਂਗ ਹੀ ਬਣ ਗਿਆ ਵਾਕਈ ਉਹ ਸਹੀ ਗਿਆ ਤੁਸੀਂ ਇਹ ਤਾਂ ਲੇਡੀਜ਼ ਗੈਂਗ ਹੀ ਬਣ ਗਿਆ ਪਰ ਤੁਸੀਂ ਵੀ ਵਿੱਚ ਹੀ ਜੇ ਲੇਡੀਜ਼ ਗੈਂਗ ਦੇ ਲੱਗਦੇ ਨਾ ਸਾਡੀ ਖੁਸ਼ੀ ਬਰਦਾਸ਼ਤ ਨਹੀਂ ਹੁੰਦੀ ਤੁਹਾਡੇ ਕੋਲੋਂ ਆ ਜਾਓ ਹੁਣ ਅੰਦਰ ਜਾ ਕੇ ਨਾ ਚਾਦਰਾਂ ਤੇ ਕੁੱਕੀਆਂ ਤੇ ਮੋੜ ਪਾਓ ਲੱਗਦੇ ਲੇਡੀਜ਼ ਗੈਂਗ ਦੇ ਯਾਰ ਮੂਡ ਹੀ ਖਰਾਬ ਕਰਦਾ ਸਾਰਾ ਇਹਨੇ ਚੱਲੇ ਹਾਂ ਵਾਪਸ ਕਰਨ ਮੈਂ ਓਹੋ 1 ਮਿੰਟ ਲਈ ਜੇ ਕਿੱਥੇ ਚੱਲੇ ਯਾਰ ਉਹ ਕੀ ਕਰ ਰਹੇ ਯਾਰ ਆ ਬੋਲਦਾ ਤੁਸੀਂ ਮੈਨੂੰ ਬਣਾਓ ਬਾਕੀ ਤੁਸੀਂ ਵਾਪਸ ਕਰ ਆਓ ਠੀਕ ਹੈ ਉਹ ਬਾਕੀ ਨਾਲ ਦੀ ਨਾਲ ਲਿਆਂਦੇ ਰਵਾਂਗੇ ਆਹੋ ਆ ਠੀਕ ਹੈ ਨਾਲੇ ਸਾਨੂੰ ਸ਼ਰਾਬੀਆਂ ਨੂੰ ਸੌਵਾ ਨੇ ਅਬੀਏ ਅੱਛੇ ਤੀ ਵਾਪਸ ਕਰ ਆਈ ਨਹੀਂ ਤਾਂ ਬੀਜੀ ਨੇ ਕੁੱਟਣਾ ਬੜਾ ਜੇ ਉਹ ਚੰਗਾ ਚੰਗਾ ਚੱਲਿਆ ਵਾ ਵਾਪਸ ਕਰਕੇ ਆਇਆ ਹੁਣੇ ਮੈਂ ਕੀ ਹਾਲ ਆ ਹਾਂ ਉਹ ਨਹੀਂ ਆ ਰਹੇ ਅੱਜ ਨਹੀਂ ਆਉਣਾ ਆਨਲਾਈਨ ਅੱਜ ਸਾਡੇ ਚੀਜ਼ੇ ਨੇ ਆਉਣਾ ਵਾ ਹਾਂ ਬੋਲੋ ਨਾ ਉਹ ਜੇ ਆਪਣਾ ਨਹੀਂ ਫੀਲ ਕਰਾ ਕੇ ਤੁਹਾਨੂੰ ਮਾਫੀ ਜਾਊਗਾ ਸਾਡਾ ਜੀਜਾ ਸਪੈਸ਼ਲ ਜੀਜਾ ਆ ਸਰਪਾਣੀ ਗੇਮ ਵੀ ਲਾ ਦੇ ਉਹ ਲਾ ਦੇ ਇਹਦੇ ਵਾਲੀ ਗੇਮ ਤੇਰੇ ਵਾਲੀ ਗੇਮ ਦਾ ਸਰਪਾਣੀ ਗੇਮ ਖੇਡ ਕੇ ਤਾਂ ਪਹਿਲਾਂ ਹੀ ਬੋਰ ਹੋ ਹੱਟੇ ਜਾਣ ਪਾਸਵਰਡ ਕਰੀ ਜਾਂਦੀ ਆ ਤੇ ਤੂੰ ਬੁੱਧ ਬਣ ਕੇ ਖੜਾ ਹੈ
ਬੁੱਧੀ ਵੇਖੀ ਆਪਣੀ ਔਰ ਦੇ ਯੂ ਕੀ ਕਿਆ ਬੁੱਧੀ ਵੇਖੀ ਆਪਣੀ ਕੀ ਬੁੱਧੀ ਵੇਖੀ ਆਪਣੀ ਪਾਸਵਰਡ ਪਾਸਵਰਡ ਆ ਬੁੱਧੀ ਵੇਖੀ ਆਪਣੀ ਉਹ ਕੋਈ ਚੱਜ ਦਾ ਪਾਸਵਰਡ ਰੱਖ ਚੁੱਪੜ ਜਾ ਬੁੱਧੀ ਵੇਖੀ ਆਪਣੀ ਪਾਸਵਰਡ
ਕਰੀ ਬਾਬਾ ਜੀ ਬਾਬਾ ਜੀ 2 ਮਿੰਟ ਰੁਕੋ ਬਸ ਹਾਲ ਆਰੇ ਦਾਰ ਨੋਟ ਤੇਨੇ 500 ਨੂੰ ਬਣਾ ਕੇ ਆਇਆ ਹੈ ਫੇਰ ਮਾਤਾ ਤੁਹਾਡੇ ਚਮਤਕਾਰ ਨੂੰ ਇਹ ਮੈਨੂੰ ਪੀਜੀ ਲੈ ਰਹੇ ਨੇ ਮੈਂ ਕਰ ਉੱਚ ਗਿਆ ਨੇ ਇਹ ਆ ਬਣਾ ਆ ਬਣ ਡੋਲੂ ਔਰ ਜਰੂਰ ਦਾ ਤੇਲ ਨਾ ਪੀਜੀ ਪਾਸੇ ਦਾ ਤਾਂ ਵੀ ਪਾਪਾ ਮਾਰ ਲਗਾ ਮੰਤਰ ਹੈ ਤੇ ਕਹਿੰਦੀ ਚੂ ਚਾਚੀ ਦੀ ਆਵਾਜ਼ ਆ ਨਿਕਲ ਤੂੰ ਤੱਕ ਤੱਕ ਤੂੰ ਤੇ ਆਈ ਜਵਾਲ ਵਾਲਾ ਕੁੱਤਾ ਵਾਲੇ ਕੁੱਤੇ ਆਈ ਜਵਾਲ ਤੱਕ ਲੱਗ ਰਿਹਾ ਉਹਦਾ ਲੱਗ ਉਹ ਕਾਕਾ ਭੂਕ ਮਾਰ ਹੈ ਉਹ ਕਾਕਾ ਤੂੰ ਹੀ ਭੂਕ ਮਾਰ ਕਿੰਨਾ ਹੋਇਆ
नहीं नहीं मेरा मतलब कि तुसी बैठो मैं प्लेटा लोना
ਅਸੀਂ ਰਾਮ ਨਾਲ ਕਰਕੇ ਖਾਣਾ ਖਾਂਦੇ ਆ। ਆ ਜਾ ਰਿਹਾ ਆ ਜਾ ਰਿਹਾ ਨਾਲੇ ਦੂਜਾ ਜੀ ਇੱਕ ਗੱਲ ਹੋਰ, ਮੇਰੇ ਨਾ ਨਵੇਂ ਬੈੱਡ ਨੇ ਉਹ ਹੁਣੇ ਹੁਣੇ ਬਣਵਾਏ ਨੇ, ਤੁਸੀਂ ਤੇ ਦੀਦੀ ਮੇਰੇ ਕਮਰੇ ਤੇ ਸੋ ਗਏ ਬਈ। ਦੇਖੋ ਸਾਡਾ ਕੀ ਹੈ ਛੜਿਆ ਪਲੰਗਾਂ ਦਾ, ਅਸੀਂ ਜਿੱਥੇ ਮਰਜ਼ੀ ਲੰਮੇ ਪੈ ਜਾਈਏ। ਬਿਲਕੁਲ ਬਿਲਕੁਲ, ਚਲੋ ਆ ਜਾ ਬਾਹਰ ਤੇ ਲੰਮੇ ਆ ਮੈਂ ਤੁਹਾਨੂੰ ਬੈਠ ਕੇ ਹੱਥ ਮੈਂ ਨਾ ਦਿੱਤੀ ਹੋਰ ਮੰਮੀ ਨੂੰ ਦੱਸਣੀ ਆ ਆ ਲਈ ਰਾਤੀ ਸੌਣਾ ਹੁੰਦਾ,
ਦਿਨੇ ਇਹਨਾਂ ਨੇ ਇੰਨਾ ਰੌਲਾ ਪਾਇਆ ਹੁੰਦਾ ਹੈ ਕਿ ਮੈਨੂੰ ਦਿਨ ਦਾ ਕੰਮ ਰਾਤੀ ਕਰਨਾ ਪੈਂਦਾ ਹੈ ਤੇ ਦਿਨੇ ਸੋਣਾ ਹੁੰਦਾ ਤੇ ਦਿਨੇ ਇੰਨੀ ਖੱਪ ਪਾਣਗੇ ਨਾ ਕੰਮ ਕਰਨ ਦੇਣਗੇ ਨਾ ਸੌਣ ਦੇਣਗੇ ਨੀਂਦਰਾਂ ਹੀ ਆਰਾਮ ਕਰਤੀਆਂ ਯਾਰ ਇਹਨਾਂ ਨੇ ਸਹੀ ਗੱਲ ਆ ਵੀਰ ਜੀ ਮੈਂ ਵੀ ਐਕਸਾਈਟਮੈਂਟ ਐਕਸਾਈਟਮੈਂਟ ਚ ਕਿਆ ਬੈਠਾ ਬਈ ਮੇਰੇ ਨਵੇਂ ਬੈੱਡ ਨੇ ਦੀਦੀ ਜੀਜਾ ਜੀ ਮੇਰੇ ਕਮਰੇ ਚ ਸੌਣਗੇ ਅੱਜ ਪੂਰੇ 3 ਮਹੀਨੇ ਹੋ ਗਏ ਵੀਰ ਜੀ ਦੋਵੇਂ ਮੇਰੇ ਕਮਰੇ ਚ ਪਏ ਨੇ ਤੇ ਮੈਨੂੰ ਇੱਥੇ ਜ਼ਮੀਨ ਤੇ ਬਹਿਣਾ ਪੈਂਦਾ ਹੈ ਜ਼ਮੀਨ ਤੇ ਸੌ ਸੌ ਕੇ ਨਾ ਮੇਰਾ ਤਾਂ ਲੱਕ ਪੀੜ ਹੋਣ ਲੱਗ ਪਿਆ ਤੇ ਵੀਰ ਜੀ ਸਭ ਤੋਂ ਵੱਡੀ ਪ੍ਰੋਬਲਮ ਦੀ ਗੱਲ ਇਹ ਆ ਕਿ ਕਿਸੇ ਨੂੰ ਕੁਝ ਕਹਿ ਵੀ ਨਹੀਂ ਸਕਦੇ ਹਾਂ ਯਾਰ ਇਹ ਸਭ ਤੋਂ ਵੱਡੀ ਪ੍ਰੋਬਲਮ ਹੈ ਯਾਰ ਜਦੋਂ ਭੈਣ ਵਿਆਹੀ ਜਾਏ ਨਾ ਤਾਂ ਬੜੀਆਂ ਚੀਜ਼ਾਂ ਦੇਖਣੀਆਂ ਪੈਂਦੀਆਂ ਓਏ ਹੋਏ 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 ਓਏ ਬਾਹਰ ਗਰਮੀ ਕਿਤੇ ਇਟਸ ਟੂ ਹੌਟ ਯਾਰ ਯਾਰ ਕਿਤੇ ਮੀਂਹ ਆ ਜਾਏ ਨਾ ਮਜ਼ਾ ਹੀ ਆ ਜਾਏ ਯਾਰ ਜਾ ਕੇ ਪੀ ਇੱਕ ਗਲਾਸ ਪਾਣੀ ਪਿਆ ਯਾਰ ਉਹ ਜੀਜੇ ਆਪੇ ਪੀ ਲੈ ਯਾਰ ਕੀ ਕਿਹਾ ਜੀ ਜੇ ਨਹੀਂ ਜੀਜਾ ਜੀ ਨਹੀਂ ਮੇਰਾ ਮਤਲਬ ਹੈ ਕਿ ਆਪੇ ਹੀ ਪੀ ਲਓ ਮੈਂ ਆਪ ਬੜਾ ਥੱਕਿਆ ਹੋਇਆ ਚੱਲ ਪਾਣੀ ਮੈਂ ਆਪੇ ਪੀ ਲੈਂਦਾ ਇਹ ਵੀ ਤੂੰ ਇੱਦਾਂ ਕਰ ਬਾਹਰਲਾ ਰਿਕਸ਼ੇ ਤੋਂ ਆਟੇ ਦੀ ਬੋਰੀ ਲਵਾ ਕੇ ਰੱਖੀ ਮੈਂ ਉਹਨੂੰ ਅੰਦਰ ਲੈ ਆਇਆ ਕੀ ਯਾਰ ਛੇਤੀ ਜਾ ਮੈਂ ਕੋਈ ਕੁੱਤਾ ਕੱਤਾ ਨਾ ਮੂੰਹ ਮਾਰ ਜੇ ਜਾ ਛੇਤੀ ਚੱਲਿਆ ਹਾਂ ਵੈਸੇ ਰਵੀ ਬੜਾ ਹੀ ਕੰਮ ਕਰਦੇ ਯਾਰ ਤੁਸੀਂ ਲੋਕ ਕਦੇ ਵੀ ਕਿਸੇ ਗੱਲ ਤੋਂ ਮੂੰਹ ਨਾ ਕੀ ਵੱਟਿਆ ਹੁਣ ਦੇਖ ਲੈ ਵਿਚਾਰਾ ਕਿੰਨਾ ਥੱਕਿਆ ਹੋਇਆ ਸੀ ਪਰ ਫੇਰ ਵੀ ਮੇਰੇ ਇੱਕੋ ਵਾਰ ਕਹਿਣ ਤੇ ਉਸੇ ਵੇਲੇ ਚਲਾ ਗਿਆ ਬਈ ਪਹਿਲਾਂ ਤੇ ਅਸੀਂ ਇਹ ਸੋਚ ਕੇ ਆਏ ਸੀ ਚਲੋ ਹਫਤਾ 10 ਦਿਨ ਰਵਾਂਗੇ ਇੱਥੇ ਪਰ ਤੁਹਾਡੇ ਸਾਰਿਆਂ ਦਾ ਮੋਹ ਪਿਆਰ ਦੇਖ ਕੇ ਨਾ ਜਾਣ ਨੂੰ ਜੀ ਜਾ ਨਹੀਂ ਕਰਦਾ ਨੀਵੀ ਕਿੱਥੇ ਅੰਦਰ ਚੱਜ ਤੋਂ ਆਏਗੀ ਨਾ ਉਹਨੂੰ ਦੱਸ ਦੇਵੀ ਕਿ ਚਿਕਨ ਲੈ ਕੇ ਆਇਆ ਹੈ ਕਿਹੜਾ ਚਿਕਨ ਜੀਜਾ ਜੀ ਉਹ ਰਾੜਾ ਚਿਕਨ ਕਿ ਕੜਾਈ ਚਿਕਨ ਕੱਚਾ ਚਿਕਨ ਕੱਚਾ ਚਿਕਨ ਬੜਾ ਹੀ ਸਵਾਦ ਚਿਕਨ ਬਣਾਉਂਦੀ ਹੈ ਉਹਨੂੰ ਕਹਿ ਦੇਵੀ ਕਿ ਬਣਾ ਦੇਵੇ ਮੈਂ ਜ਼ਰਾ ਫਰੈਸ਼ ਹੋ ਲਵਾਂ ਯਾਦ ਨਾ ਕਹਿ ਦੇ ਹਾਂਜੀ ਹਾਂਜੀ ਕਹਿ ਦੇ ਓਕੇ ਚਾਹ ਜੀ ਕੀ ਰੇ ਆਈ ਰੈਡੀ ਵੀਰ ਜੀ ਕੀ ਪੀਜਰਾ ਕਿੱਥੇ ਆ ਬਾਹਰ ਯਾਰ ਇਹ ਨੀਵੀਂ ਕੀ ਗੱਲ ਹੈ ਵੀਰੇ 15 ਮਿੰਟ ਦੇ ਅਗੇ ਮੈਨੂੰ ਤਿਆਰ ਹੋ ਤੇ ਵੀਰਾ ਅਗੇ ਚੱਲ ਕੇ ਫਿਲਮ ਦੇਖਣ ਉਹ ਫਿਲਮ ਵੇਖਣ ਨਹੀਂ ਗਿਆ ਉਹ ਫਿਲਮ ਤਾਂ ਉਹਦੀ ਆਪਣੀ ਬਣ ਗਈ ਫਿਲਮ ਬਣ ਗਈ ਮਤਲਬ ਉਹ ਮਸਲਾ ਉਹ ਆਏਗਾ ਤੇ ਆਪੇ ਹੀ ਵੇਖ ਲਈ ਜੋ ਵੀ ਹੈ ਕਿ ਪੀਵੀਰੇ ਦੀ ਨਾ ਇਹ ਗੱਲ ਬਹੁਤ ਗਲਤ ਹੈ ਮੈਨੂੰ ਕਾਲੀ ਕਾਲੀ ਤਿਆਰ ਕਰਵਾ ਦਾ ਤੇ ਆਪਾਂ ਪੁਰਾਣੇ ਕੱਪੜੇ ਪਾ ਕੇ ਘਰ ਦੇ ਕੰਮਾਂ 'ਚ ਰੁੱਝੇ ਹੋ ਪੁਰਾਣੇ ਕੱਪੜੇ ਔਰ ਯਾਰ ਕਾਈਂਡ ਇਨਫੋਰਮੇਸ਼ਨ ਆ ਮੇਰੀ ਨਵੀਂ ਸ਼ਰਟ ਯਾਰ ਮੇਰੇ ਇਹਦਾ ਮਤਲਬ ਕਿ ਤੁਸੀਂ ਨਵੇਂ ਕੱਪੜੇ ਪਾ ਕੇ ਆਟਾ ਲੈ ਗਏ ਸੀ ਉਹ ਨਹੀਂ ਯਾਰ ਚੰਗਾ ਭਲਾ ਤਿਆਰ ਹੋ ਗਿਆ ਨਾ ਇੰਨੇ ਵਧੀਆ ਮੂਡ 'ਚ ਬੈਠਾ ਸੀ ਬਈ ਫਿਲਮ ਵੇਖਣ ਜਾਵਾਂਗੇ ਪਰ ਜੀਜਾ ਜੀ ਆਏ ਤੇ ਆਂਦਾ ਹੀ ਹੁਕਮ ਚਾੜਦਾ ਜਾਓ ਬਈ ਪਰ ਉਹ ਆਟਾ ਚੱਕ ਕੇ ਲਿਆਓ ਸਾਰੀ ਫਿਲਮ ਦਾ ਬੇੜਾ ਗਰਕ ਕਰਦਾ ਹੈ ਜੀਜਾ ਜੀ ਨਾ ਤੇਰੇ ਵਾਸਤੇ ਵੀ ਗਿਫਟ ਲੈ ਕੇ ਆਏ ਨੇ ਹਾਏ ਗਿਫਟ ਹਾਂ ਸੱਚੀ ਕੀ ਗਿਫਟ ਤੂੰ ਚਿਕਨ ਬੜਾ ਸਵਾਦ ਬਣਾਉਣੀ ਹੈ ਨਾ ਹਾਂ ਬਣਾਉਣੀ ਆ ਤੇ ਆ ਲਵਾਵਾ ਫੜ ਤੇ ਜਾ ਜੀਜਾ ਜੀ ਵਾਸਤੇ ਚਿਕਨ ਬਣਾ ਜਾ ਕੇ ਵੀਰੇ ਅੱਗੇ ਹੱਸਣ ਦੀ ਗੱਲ ਹੈ ਸਾਡੀ ਤਾਂ ਕੋਈ ਪ੍ਰਾਈਵੇਸੀ ਨਹੀਂ ਰਹਿ ਗਈ ਬਈ ਮੇਰੀ ਗ੍ਰੈਜੂਏਸ਼ਨ ਨੂੰ ਅਜੇ ਪੂਰਾ 1 ਸਾਲ ਪਿਆ ਮੈਂ ਤਾਂ ਆਪਣੇ ਦੀਦੀ ਤੇ ਜੀਜਾ ਜੀ ਨੂੰ ਪੂਰਾ 1 ਸਾਲ ਆਪਣੇ ਕੋਲ ਰੱਖੂੰਗਾ ਨਹੀਂ ਨਹੀਂ ਵੀ ਜੀ ਮੇਰੀ ਗ੍ਰੈਜੂਏਸ਼ਨ ਨੂੰ ਤਾਂ ਅਜੇ 3 ਸਾਲ ਪਏ ਨੇ ਮੈਂ ਤਾਂ ਪੂਰੇ 3 ਸਾਲ ਆਪਣੇ ਦੀਦੀ ਤੇ ਜੀਜਾ ਜੀ ਨੂੰ ਕਿਤੇ ਨਹੀਂ ਜਾਣ ਦੇਣਾ ਉਹ ਅਜੇ ਤਾਂ 3 ਮਹੀਨੇ ਵੀ ਨਹੀਂ ਹੋਏ ਕੀ ਹੋ ਗਿਆ ਵੀਰੇ ਯਾਰ ਮਜ਼ਾਕ ਦੀ ਗੱਲ ਨਹੀਂ ਹੈ ਯਾਰ ਹੈ ਪਰ ਕੀ ਵੀਰੇ
Yeah!
ਲੱਗਦਾ ਤੁਹਾਨੂੰ ਚੜ ਗਈ ਹੈ। ਵੈਸੇ ਵੀ ਨਾ ਜ਼ਿਆਦਾ ਸ਼ਰਾਬ ਬੜੀ ਖਰਾਬ ਹੁੰਦੀ ਹੈ। ਓ ਕੌਣ ਕਹਿੰਦਾ ਹੈ ਸ਼ਰਾਬ ਖਰਾਬ ਹੁੰਦੀ ਹੈ? ਹਾਏ ਹਾਏ ਇਤਰਾਮ ਦੀ ਰੰਗ ਚਾਹੀਦਾ ਜਨਾਬ ਜਨਾਬ ਹੁੰਦੀ ਹੈ। ਵਾਹ ਜੀ ਜਾਈ ਕਮਾਲੀ ਕਰਦੀ ਹੈ। ਵਾਹ ਵਾਹ ਲੱਗਦਾ ਸਾਰਾ ਬੈਠੇ ਚੜ ਕੇ ਜਾ ਰਹੇ ਬੈਗਵਾ ਵੱਡਾ ਛੋਟਾ ਸਾਰਾ बस चीचा जी मेरा हो गया मैं चलना सौ और तुसी करो एंजॉय। सेट डाउन मैं ते कला पिंदा चंगा लगदा चक्कर नहीं नहीं चीचा जी तुसी बैठो मैं जरा एक ਕੱਢਣ ਲੱਗੇ ਜੇ ਫੇਰ ਦੇਖਿਓ ਸਾਰੇ ਸਾਰੇ ਰਿਸ਼ਤੇ ਖਤਮ। ਓਏ
ਤਿੰਨਾਂ ਨੇ ਮੇਰੇ ਨਾਲ ਚੰਗੀ ਨਹੀਂ ਕੀਤੀ ਔਰ ਇੰਜ
ਮੇਰਾ ਕੀ ਕਸੂਰ ਆ ਮਾਰੇ ਭੁਰੀਓ ਬਣਾਇਆ ਸੀ ਪਰ ਤੇਰਾ ਨਹੀਂ ਬਾਪੂ ਜੀ ਦਾ ਹੈ ਕੀ ਕੀਤਾ ਇਹਨਾਂ ਨੇ ਓ ਬੀਜੀ ਕਰਨਾ ਕੀ ਹੈ ਇੱਕ ਤੇ ਮੇਰੇ ਕੋਲ ਸਵੇਰੇ ਉੱਠਿਆ ਨਹੀਂ ਜਾ ਰਿਹਾ ਸੀ ਤੇ ਜਦੋਂ ਉੱਠ ਕੇ ਫਲੱਸ਼ ਜਾਣ ਲੱਗਾ ਆ ਵੱਡਾ ਵੜ ਗਿਆ ਜੀਜਾ ਜੀ 5 ਮਿੰਟ ਮੈਨੂੰ ਉਹ ਆਣ ਦਿਓ ਦੂਜੇ ਪਾਸੇ ਬੱਚੇ ਨਹਾ ਰਹੇ ਨੇ ਫਿਰ ਦੁਬਾਰਾ ਜਾਣ ਲੱਗਾ ਆ ਗਿੱਪੀ ਵੜ ਗਿਆ ਜੀਜਾ ਜੀ 5 ਮਿੰਟ ਲਾਣੇ ਨੇ ਤੇ ਹੁਣ ਜਾਣ ਲੱਗਾ ਹੁਣ ਬਾਪੂ ਜੀ ਵੜ ਗਏ ਨਾ ਮੇਰੇ ਪ੍ਰੈਸ਼ਰ ਦਾ ਕਿਸੇ ਨੂੰ ਖਿਆਲ ਹੈ ਕਿ ਨਹੀਂ ਹੋਇਆ ਹੁਣ ਮੈਂ ਕੋਠੇ ਵਾਲੀ ਫਲੱਸ਼ ਚ ਪੈਰਾਂ ਭਰ ਪੈ ਕੇ ਕੋਠੇ ਦੁੱਖ ਲੱਗ ਪਏ ਨੇ ਉਹ ਵੀ ਮਜਬੂਰ ਨੇ
ਆਉਂਦਾ ਹੈ ਕਦੀ ਕਦੀ ਉਹਨਾਂ ਦਾ ਫੋਨ ਬੜਾ ਹੀ ਰੋਂਦੇ ਨੇ ਵਿਚਾਰੇ ਬੜੇ ਭੋਲੇ ਤੇ ਬੜੇ ਇਮੋਸ਼ਨਲ ਨੇ ਕਿੰਨੇ ਦਿਨ ਰੋਂਦੇ ਰਹੇ ਕਿ ਮੇਰੇ ਵੱਡੇ ਵੀਰ ਜੀ ਨੇ ਮੇਰੇ ਨਾਲ ਇਸ ਤਰ੍ਹਾਂ ਕਿਉਂ ਕੀਤਾ ਜੋ ਚਾਹੀਦਾ ਸੀ ਹੱਕ ਨਾਲ ਮੰਗ ਲੈਂਦੇ ਮੈਂ ਕਿਹੜਾ ਮਨਾ ਕਰਨਾ ਸੀ ਪਰ ਇਸ ਤਰ੍ਹਾਂ ਧੋਖਾ ਦੇਣ ਦੀ ਕੀ ਲੋੜ ਸੀ ਇੰਨਾ ਅਜੇ ਵੀ ਇੱਕੋ ਹੀ ਗੱਲ ਕਰਦੇ ਨੇ ਕਿ ਮੇਰੇ ਵੱਡੇ ਵੀਰ ਜੀ ਨੇ ਇਸ ਤਰ੍ਹਾਂ ਦੇ ਦੇਖੇ ਨਹੀਂ ਸੀ ਫਿਰ ਕੀ ਬੀਜੀ ਫਿਰ ਅਸੀਂ ਦੂਸਰੇ ਸ਼ਹਿਰ ਜਾ ਕੇ ਰਹਿਣ ਲੱਗ ਪਏ ਉੱਥੇ ਸਾਡਾ ਬਿਲਕੁਲ ਵੀ ਦਿਲ ਨਹੀਂ ਲੱਗਾ ਇਕੱਲਿਆਂ ਰਹਿ ਕੇ ਜੁਆਇੰਟ ਫੈਮਿਲੀ ਦੀ ਅਸਲੀ ਵੈਲਿਊ ਪਤਾ ਲੱਗੀ ਕਿਉਂਕਿ ਸਾਨੂੰ ਤਾਂ ਸ਼ੁਰੂ ਤੋਂ ਹੀ ਜੁਆਇੰਟ ਫੈਮਿਲੀ 'ਚ ਰਹਿਣ ਦੀ ਆਦਤ ਸੀ ਖਾਸ ਕਰਕੇ ਸਵੀਟੀ ਨੂੰ ਕਿਉਂਕਿ ਇਹਦੇ ਪੇਕੇ ਤੇ ਸਹੁਰੇ ਦੋਵੇਂ ਜੁਆਇੰਟ ਫੈਮਿਲੀ ਬੜੀ ਵਾਰ ਸੋਚਿਆ ਬੀਜੀ ਕਿ ਤੁਹਾਡੇ ਨਾਲ ਗੱਲ ਕਰਕੇ ਤੁਹਾਡੇ ਕੋਲ ਹੀ ਆ ਜਾਈਏ ਪਰ ਸਵੀਟੀ ਨੇ ਮਨਾ ਕਰ ਦਿੱਤਾ ਕਿ ਤੁਸੀਂ ਐਵੇਂ ਪਰੇਸ਼ਾਨ ਹੋ ਗਏ ਫਿਰ ਅਚਾਨਕ ਇੱਕ ਦਿਨ ਤੁਹਾਡਾ ਫੋਨ ਆਇਆ ਤੁਸੀਂ ਜ਼ਿੱਦ ਕੀਤੀ ਕਿ ਅਸੀਂ ਇੱਥੇ ਤੁਹਾਡੇ ਕੋਲ ਆ ਗਏ ਜੀਜਾ ਜੀ ਸਾਨੂੰ ਮਾਫ਼ ਕਰ ਦਿਓ ਅਸੀਂ ਤੁਹਾਨੂੰ ਬਹੁਤ ਗਲਤ ਸਮਝਿਆ ਮੈਨੂੰ ਪਤਾ ਅਸੀਂ ਤੁਹਾਨੂੰ ਬਹੁਤ ਲੱਗ ਬਸ ਥੋੜ੍ਹੇ ਦਿਨ ਹੋਰ ਬਰਦਾਸ਼ਤ ਕਰ ਲਓ ਘਰ ਦੇਖ ਰਿਹਾ ਸੀ ਫਿਰ ਅਸੀਂ ਚਲੇ ਜਾਵਾਂਗੇ ਨਹੀਂ ਨਹੀਂ ਪੁੱਤਰ ਜੀ ਇਹ ਵੀ ਤੁਹਾਡਾ ਆਪਣਾ ਹੀ ਗੱਲ ਹੈ ਦੂਜੀਆਂ ਗੱਲਾਂ ਕਰ ਰਹੇ ਹੋ ਤੁਸੀਂ ਪੁੱਤਰ ਜੀ ਚਿੰਤਾ ਨਾ ਕਰੋ ਆਪਾਂ ਦੁਬਾਰਾ ਪਾ ਦੇਗੇ ਤੁਹਾਨੂੰ ਕੋਈ ਚਿੰਤਾ ਨਹੀਂ ਹਾਂਜੀ ਜੀਜਾ ਜੀ ਇਸ ਵਾਰ ਰਗੜੀ ਤੇ ਤੁਹਾਨੂੰ ਮਾਇਨਸ ਹੋਣ ਦੀ ਕੋਈ ਲੋੜ ਨਹੀਂ ਇਸ ਵਾਰ ਦੀ ਰਗੜੀ ਤੁਹਾਨੂੰ ਮੈਂ ਬਣਾਂਗੀ ਮੈਂ ਵੀ ਬਣਾਂਗੀ ਜੀਜਾ ਜੀ ਆਪਣੇ ਵੀਰ ਨੂੰ ਰਗੜੀ ਮੈਂ ਵੀ ਬਣਾਂਗੀ ਜਸੀ ਤੂੰ ਮਿਹਨਤ ਲੱਗੀ ਸੀ
सब तो पहला
मैं पंजाब नाटशाला का बराड़ साहब का बहुत बहुत तह दिलों धन्यवादी है जिन्होंने सानू एक मतलब नवे बच्चों इतने चांस दिता परफॉर्म करने लिए एड्डा वड्डा प्लेटफॉर्म दिता। मैं बराड़ साहब एक बार प्लीज जोरदार सारी टैक्निकल टीम का बहुत बहुत थैंक्स जिन्होंने बहुत साथ दिता। तो हूँ सब तो पहला टैक्निकल डिपार्टमेंट चो जैसमीन कौर ए प्रॉप्स के सैट लई साड़ी बहुत हेल्प की थी जैसमीन कौर। दक्ष मेहरा प्रॉप्स एंड सैट। शील कुमार मट्टू इन्होंने प्रोडक्शन का देखा। मनमीत सिंह सैट एंड प्रोडक्शन बहुत मेहनत की सारे ने। हरमनप्रीत सिंह ये मेरे नाल म्यूजिक ते सी म्यूजिक पैनल तो आ रहे सब ये सिर्फ 12 साल का बच्चा है और म्यूजिक ऑपरेट कर रहा है। इस तो बाद एक्टर्स ज्ञानवीर सिंह ढिल्लो प्लीज तालियां मार दे रहे कलाकार। लवनीत कौर लवनीत कौर ज्ञानवीर ज्ञानवीर लवनीत कौर सक्षम शर्मा जशनजोत सिंह गिल तालियां याद करो। जसप्रीत कौर मेरी छोटी भैन बनी गई। साहिबप्रीत सिंह घर का लाडला। विशाल शर्मा बाबे का कैरेक्टर किया। विशाल शर्मा रिदम देवगन वड्डे भरा के कैरेक्टर रिदम देवगन छोटे भरा के कैरेक्टर आदित्य गौतम। महिमा महाजन सिस्टर के कैरेक्टर। पुनीत बल छोटी सिस्टर के कैरेक्टर। मोनिका टुकराल भरजाई के कैरेक्टर। जीजे के कैरेक्टर हर्ष पिंडर। इस नाल ही साढ़े बहुत सीनियर एक्टर ने पवनदीप शर्मा जी मेरे बापू के कैरेक्टर से अब बहुत मतलब सैड मूड च कर रहे थे क्योंकि कुछ हादसा जहा हो गया घर के फिर भी इन्होंने थिएटर को समर्पित ने और नाटक जरूर करना जरूरी समझे। थैंक यू जी। अमन बाल जी जवान दल के काफ़ी नेटफ्लिक्स किस्मत सारी काफ़ी फिल्मा चाहे ने कहते मैं थिएटर जरूर करना है। मैं जो मर्जी हो जाए थिएटर तो बहुत टाइम हो गया मैं थिएटर जरूर करना है चाहे छोटा जहा करैक्टर देना। अमन बाल जी मनदीप कौर जी साड़ी पेके जो मैं लिख रहा है यह नाटक सब तो पहला मेरा इन्होंने ध्यान आया कि मनदीप जी को ही करैक्टर करवाना है बहुत सीनियर ने भारती सिंह के नाल करते रहे। इस तो बाद सारा सारा टैक्निकल हैंडल जिन्हों के सपोर्ट तो बिना अं कुछ नहीं कर सकते। अल्फाज एक्टिंग अकैडमी के मेरे पैटर्न ने जसवंत मिंटू जी क्या बात। थैंक यू। ते इस नाटक के राइटर ते डायरेक्टर सुदेश ट्विंकल मेरे लिए बड़ी मान ते सत्कार की गल है कि मैनू बराड़ साहब ने मौका दिता कि मैं मंच से आवा तो इन्ने वधिया एक्टर्स के नाल रूबरू होने का इन्हों की परफॉर्मेंस मैं देखने का जो सानू सारयां नू
ये मौका मिले जो सबब बने हैं आई एम वेरी थैंकफुल एंड आई कंग्रेचुलेट इन सारे की परफॉर्मेंसेज ने सानू दसाया भी सानू सैडल भी किया जिहड़ा एक टब्बर की अहमियत हैगी है परिवार की अहमियत है रिश्तों की अहमियत है उन्होंने बहुत बेखूबी बच्चों ने यंग एक्टर्स ने सीनियर एक्टर्स ने इन्ना बखूबी निभाया कि इवें लगे ही नहीं कि कद एक घंटा 45 मिनट निकल गया आई डोंट थिंक वी गॉट टू नो एंड मैं बहुत थैंकफुल हाँ मेरी बेस्ट विशेज है इन्हों एक्टर्स न खूब तरक्या कर खूब सानू योजे होर भी फ्यूचर में प्लेस के सारी ऑडियंस में ही बनी रख अपने काम के थैंक यू सो मच सब तो पहला आए हुए सारे मेहमानों का बहुत बहुत स्वागत अज के साडे खसूसी मेहमान डिप्टी कमिश्नर साहब उन्होंने फैमिली नाल आई है इन्हों का बहुत बहुत स्वागत एक बार जोरदार तालियां मैं फर्स्ट टाइम वैसे तो नाटक भी देखे ने थे काफ़ी और सुदेश विंकल मेरा बड़ा बेटा है और राइटर भी है एक्टर भी है डायरेक्टर भी है यानी कह नाम सारे टारे दे नाल लगे फर्स्ट टाइम इन्हें लिखिया नाटक और डायरेक्ट किया मैं सामने बैठ के देखा तो मैं ये लगा ही नहीं भी मैं नाटक वेखना लगता फिल्म चल रही है एक परिवारिक जो माहौल होंगे अजकल इस चीज़ की लोड़ है और इन मुख रखते हुए इन्हें वो चीज़ थोड़े सामने पेश की है इस गल की मैं बहुत खुशी हुई है और एक बार विंकल के नाम के आ गए मेहरबानी शुक्रिया थैंक यू और खास तौर पर साडे बराड़ साहब जिहड़े कलाकार दे वसीफा ने और कलाकार इस प्लेटफॉर्म से लिया के प्रमोट किया इन्होंने जोरदार तालियां बजाओ वाकई सब तो ज्यादा जो योगदान है इतने थिएटर वो दर्शकों करके है साढ़े सानू फखर है कि साढ़े को अमृतसर के पूरा टिकट खर्च के इतने हाउसफुल करके फिर ये बच्चों उत्साह देंगे इतने इन्होंने भी बहुत मेहनत की सारे कलाकार ने लगातार किस तरह मेहनत करते रहे असं इन्होंने देखिया इन्हों की आपस कोआर्डीनेशन किन्नी सी कोई सीनियरिटी जूनियरिटी कोई जूनियर है कौन है सीनियर है कोई इन्होंने इज्जता नहीं सी इन्होंने किन्ना आपस के मिल के लगातार काम किया इन्होंने सारे ने सैट देखो पूरा जोड़ा है सैट सारा इन्होंने लगाया लाइट्स का इन्होंने इंतजाम किया इन्होंने पूरा जोड़ा है ये पिछले जितना भी साउंड का या जो भी इफेक्ट्स ने सारे इन्होंने खुद किए ने मैं पूरी उम्मीद है कि जे इस तरह ही साढ़े को भारती सिंह तो मनदीप ये कट्ठिया इतने मंच के उत्ते 300-400 शो वो करके बॉम्बे चली गई ये मनदीप इतने साढ़े को कलाकार अमनदीप बालवी जी है ये बहुत सीनियर आर्टिस्ट है इन्हें भी बहुत सारे किए इन्होंने इन्ना कुछ किया सानू फखर है इन्हों के उ जेकर तो उन्हें नाटक वाकई अच्छा लगा खास करके मैं मेरी कजन आई हुई है US तो वो मैंने पूछती कि तू हूँ अमृतसर बड़ी देर बाद आए अमृतसर किस तरह का लगता कहो जे लोग ने मैं मैंने दसन की लड़ नहीं तुम नाटक एक वेख ले ना ये सो तीन मैनू पूछने की लड़ नहीं है तुम आप ही देख लेना बाकी जो तुम वाकई अच्छा लगे तो बहुत बोर्ड ने उन्होंने उत्ते ग्रीन बल्ब चल रहे और बैल्स ने एक्चुअली बल्ब नहीं है तो वह जेकर तुम अच्छा लगे तो उन्होंने जरूर प्रेस करके जाना ताकि सानू पता लग जाए असं काउंट करते रहने कि किन्ने परसेंट लोगों ने नाटक पसंद किया तो असं उही नाटक करते जो कि पसंद किया जाता तुम जज भी हो तुम सिर्फ दर्शक ही नहीं तो सारे का बहुत बहुत धन्यवाद अगले हफ्ते असी हर सैटरडे संडे असं नाटक करते हैं
एक क्लासिक नाटक लेके आ रहे थे को लोहापुर बलवंत गार्गी का लिखा हुआ है। उस नाटक के 12 साल तो बच्चे छोटे जड़े है उन्होंने नाट लिया जोड़ा वो वर्जित है तुम जो सीनियर वास्ते है बाकी वास्ते नाटक है क्योंकि उसका विषय ही है विषय वस्तु इस तरह की है कि तुम जरूर देखना आयो तो सारे बहुत बहुत